ਹੀ ਚੱਕਰ ਇਹ ਤਾਂ ਤੇਲ ਤਾਂ ਆਪਾਂ ਥੋੜੇ ਦਿਨ ਪਹਿਲਾਂ ਹੀ ਚੇਂਜ ਕੀਤਾ ਸੀ ਹਨਾ ਨਹੀਂ ਨਹੀਂ ਭਾਰੀ ਨਹੀਂ ਨਹੀਂ ਫਿਰ ਉਹ ਉਹ ਚ ਵੀ ਨਹੀਂ ਆਉਂਦੀ ਨਾ ਦੋਵੇਂ ਬੰਦ ਹੋ ਜਾਂਦੇ ਉਹ ਚ ਇੰਜਨ ਦਾ ਸਾਈਨ ਹੁੰਦਾ ਵਾ ਆ ਵੇਖੋ ਹਲੇ ਵੀ ਆਉਣ ਡਿਆ ਵਾ ਓਕੇ ਓਕੇ ਹਟ ਜਾ ਮੇਰੇ ਇੰਜਨ ਦਾ ਸਾਈਨ ਹੁੰਦਾ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਵੀਡੀਓ ਤਕਰੀਬਨ 4-5 ਮਹੀਨੇ ਹੋ ਗਏ ਆ ਟਰੱਕ ਦੇ ਉੱਤੇ ਕੋਈ ਵੀਡੀਓ ਨਹੀਂ ਆਈ ਕਹਿ ਲਓ ਵੀ ਥੋੜ੍ਹਾ ਜਿਹਾ ਹੁਣ ਜਦੋਂ ਦਾ ਮੈਂ ਆਪਣੀ ਡਿਸਪੈਚ ਕੀਤੀ ਆ ਨਾ ਥੋੜ੍ਹਾ ਜਿਹਾ ਵੀਡੀਓ ਬਣਾਉਂਦਾ ਟਾਈਮ ਜਿਹਾ ਹੀ ਨਹੀਂ ਲੱਗਦਾ ਜਦੋਂ ਪਹਿਲਾਂ ਮੈਂ ਕਿਸੇ ਤੋਂ ਡਿਸਪੈਚ ਲੈਂਦਾ ਸੀ ਉਦੋਂ ਮੈਂ ਕੰਮ ਵੀ ਲੌਂਗ ਦੇ ਉੱਤੇ ਕਰਦਾ ਸੀਗਾ ਉਹਦੇ ਵਿੱਚ ਇਹ ਹੁੰਦਾ ਵੀ ਸਿਰਫ ਆਪਾਂ ਲੋਡ ਚੁੱਕਣਾ ਅਤੇ ਲਾਉਣਾ ਅਤੇ ਡਰਾਈਵਰੀ ਕਰਨੀ ਹੈ ਨਾ ਬਾਕੀ ਆਪਣਾ ਕੋਈ ਕਾਗਜ਼ੀ ਇੰਨੀ ਕਾਰਵਾਈ ਹੁੰਦੀ ਨਹੀਂ ਸੀ ਅਤੇ ਸਵੇਰੇ 11 ਘੰਟੇ ਟਰੱਕ ਚਲਾਇਆ ਜਦੋਂ ਆਪਾਂ ਲੌਂਗ 'ਤੇ ਕੰਮ ਕਰਦਾ ਸੀਗਾ ਅਤੇ ਰਾਤ ਨੂੰ 10 ਘੰਟੇ ਹੁੰਦੇ ਸੀਗੇ ਉਦੋਂ ਐਡੀਟਿੰਗ ਵਗੈਰਾ ਕਰਨ ਲਈ ਖੁੱਲ੍ਹਾ ਟਾਈਮ ਹੁੰਦਾ ਸੀ ਆਪਣੇ ਕੋਲ ਹੈ ਨਾ ਅਤੇ ਹੁਣ ਜਦੋਂ ਦਾ ਮੈਂ ਆਪਣਾ ਕੰਮ ਸਟਾਰਟ ਕੀਤਾ ਵਾ ਮੋਸਟ ਲਾਈਕਲੀ 90-95% ਆਫ ਦਾ ਟਾਈਮ ਮੈਂ ਸ਼ਾਮ ਨੂੰ ਘਰ ਹੀ ਆ ਜਾਂਦਾ ਵਿੱਚ ਕੋਈ 4-5% ਦਿਨ ਐਸੇ ਹੁੰਦੇ ਜਿਸ ਦਿਨ ਆਪਾਂ ਨੂੰ ਘਰ ਦਾ ਲੋਡ ਨਹੀਂ ਮਿਲਦਾ ਅਤੇ ਇੱਕ ਅੱਧਾ ਦਿਨ ਆਪਾਂ ਨੂੰ ਬਾਹਰ ਰਹਿਣਾ ਪੈਂਦਾ ਵਾ ਤਾਂ ਕਰਕੇ ਜਦੋਂ ਘਰ ਆ ਜਾਈਦਾ ਫਿਰ ਘਰਦਿਆਂ ਦੇ ਕੰਮਾਂ 'ਚ ਬਿਜ਼ੀ ਹੋ ਜਾਈਦਾ ਨਿਆਣਿਆਂ ਦੇ ਨਾਲ ਬਿਜ਼ੀ ਹੋ ਜਾਈਦਾ ਅਤੇ ਮੈਂ 3-4 ਵਿੱਚ ਦਿਨ ਇਹ ਵੀਡੀਓ ਬਣਾਈ ਵੀ ਆ ਸ਼ੁਰੂ ਵੀ ਕੀਤੀ ਆ ਬਾਅਦ 'ਚ ਕੋਈ ਵਿੱਚੇ ਹੀ ਗੈਪ ਬੜਾ ਹੋ ਗਿਆ ਕੋਈ ਉਹਨਾਂ ਦਾ ਸਿਰ ਪੈਰ ਜਿਹਾ ਹੈ ਨਾ ਜੁੜੇ ਹੀ ਨਹੀਂ ਕਹਾਣੀ ਅਤੇ ਉਹ ਮੇ ਵੀ ਅੱਜ ਵੀ ਨਾ ਜੁੜੇ ਨੋ ਅਤੇ ਫਿਰ ਉਹ ਵੀਡੀਓ ਪਾਈ ਨਹੀਂ ਹੈ ਨਾ ਕਿਉਂਕਿ ਹੁੰਦਾ ਇੱਦਾਂ ਵੀ ਜਦੋਂ ਪਹਿਲਾਂ ਆਪਾਂ ਜਿੱਥੋਂ ਲੋਡ ਚੱਕਦੇ ਜਾਂ ਲਾਉਂਦੇ ਸੀਗੇ ਹੈ ਨਾ ਉਦੋਂ ਆਪਾਂ ਐਡੀਟਿੰਗ ਵਗੈਰਾ ਕਰੀ ਜਾਂਦੇ ਸੀ ਹੁਣ ਕੀ ਹੁੰਦਾ ਵੀ ਜਦੋਂ ਮੈਂ ਲੋਡ ਚੱਕਦਾ ਜਾਂ ਲਾਉਂਦਾ ਉਦੋਂ ਬਾਅਦ ਮੈਂ ਅਗਲਾ ਲੋਡ ਦੀ ਵੇਖਣਾ ਸਟਾਰਟ ਕਰ ਦਿੰਦਾ ਰਾਈਟ ਅਵੇ ਹੈ ਨਾ ਵੀ ਕਿਉਂਕਿ ਲੋਡ ਬੋਰਡ ਦੇ ਉੱਤੇ ਇੱਕ ਲੋਡ ਬੁੱਕ ਕਰਨ ਲਈ ਘੱਟੋ ਘੱਟ ਤੁਹਾਨੂੰ 10-15 ਜਣਿਆਂ ਨੂੰ ਕਾਲਾਂ ਕਰਨੀਆਂ ਪੈਂਦੀਆਂ ਸਮਟਾਈਮਸ ਇੱਕੋ ਕਾਲ 'ਚ ਹੀ ਗੱਲ ਬਣ ਜਾਂਦੀ ਹੈ ਤਾਂ ਕਰਕੇ ਫਿਰ ਉਹ ਉੱਧਰ ਟਾਈਮ ਹੈ ਨਾ ਉੱਧਰ ਹੀ ਦਿਮਾਗ ਲੱਗਾ ਹੁੰਦਾ ਵੀਡੀਓ ਵਾਲੇ ਪਾਸੇ ਦਿਮਾਗ ਜਾਂਦਾ ਹੀ ਨਹੀਂ ਬਟ ਅੱਜ ਕੋਸ਼ਿਸ਼ ਕਰਦੇ ਹਾਂ ਵੀ ਅੱਜ ਦਿਮਾਗ ਨੂੰ ਦੋਵੇਂ ਪਾਸੇ ਰੱਖੀਏ ਅਤੇ ਅੱਜ ਵੀਡੀਓ ਬਣਾਈਏ ਅਤੇ ਹੁਣ ਤਕਰੀਬਨ ਸਵੇਰ ਦੇ 7:07 ਹੀ ਰਹਿ ਗਏ ਆ ਅਤੇ ਆਪਾਂ ਯਾਰਡ 'ਚੋਂ ਚੱਲਣ ਲੱਗੇ ਹਾਂ ਅਤੇ ਇੱਥੋਂ ਤਕਰੀਬਨ 40 ਮਿੰਟ ਦੀ ਡਰਾਈਵ 'ਤੇ ਜਾ ਕੇ ਆਪਾਂ ਲੋਡ ਚੁੱਕਣਾ ਵਾ ਜਰਸੀ ਤੋਂ ਹੀ ਲੋਡ ਚੁੱਕਣਾ ਵਾ ਅਤੇ ਲੋਡ ਚੁੱਕ ਕੇ ਕਿੱਥੇ ਜਾਂਦੇ ਹਾਂ ਫਿਰ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਹੋ ਗਈ ਜੀ ਇੱਥੇ ਤਾਂ ਉੱਦਾਂ ਫਿਰ ਵੀ ਟੈਂਪਰੇਚਰ ਇਸ ਟਾਈਮ ਆਈ ਥਿੰਕ -3-4 ਹੀ ਹੋਣਾ ਵਾ ਮੇਰੇ ਅਰਗੇ ਤਾਂ ਦੇ ਦੇ ਜੀ ਧੂੰਆਂ ਨਿਕਲ ਜਾਂਦਾ ਵਾ ਬਟ ਉੱਥੇ ਆਪਾਂ ਕੈਨੇਡਾ ਸੁਣੀਦਾ ਵੀ ਉੱਥੇ -30, -40 ਹੈ ਨਾ ਉਹਦਾ -20 ਤੋਂ ਥੱਲੇ ਗੱਲ ਹੀ ਨਹੀਂ ਕਰਦੇ ਤੇ ਪਤਾ ਨਹੀਂ ਕਿੱਦਾਂ ਰਹੀ ਜਾਂਦੇ ਨਹੀਂ ਠੰਡ ਦੇ ਵਿੱਚ ਇੱਥੇ ਵੀ ਹੋ ਜਾਂਦਾ ਮਤਲਬ ਕਿ ਦੋ ਜਾਂ 3 ਦਿਨ ਹੁੰਦੇ ਆ ਜਿਹਦੇ ਵਿੱਚ -20 ਕਿਤੇ ਚਲਾ ਜਾਂਦਾ ਨਾ ਸਾਲ ਦੇ ਵਿੱਚ ਮਤਲਬ ਕਿ 1-2 ਦਿਨ ਹੀ ਇੱਦਾਂ ਦੇ ਹੋਣਗੇ ਬਟ ਨਹੀਂ ਤਾਂ ਇੱਥੇ ਕੀ ਰਹਿੰਦਾ ਵਾ ਮਤਲਬ ਕਿ ਠੰਡ ਜਦੋਂ ਐਕਸਟ੍ਰੀਮ ਠੰਡ ਵੀ ਹੋਏ -3 ਮਤਲਬ ਕਿ ਮੈਂ ਸੈਲਸੀਅਸ ਦੇ ਵਿੱਚ ਗੱਲ ਕਰਨ ਡਿਆ ਇੱਥੇ ਫੈਰਨਹਾਈਟ 'ਚ ਕੈਲਕੂਲੇਟ ਕਰਦੇ ਆ ਬਟ ਸੈਲਸੀਅਸ ਦੇ ਵਿੱਚ ਇੰਨਾ ਕੀ ਰਹਿੰਦਾ -3-4 ਉਹ ਵੀ ਜਿੱਦਾਂ ਸਵੇਰੇ ਜਾਂ ਰਾਤ ਨੂੰ ਹੈ ਨਾ ਦੁਪਹਿਰੇ ਤਕਰੀਬਨ +1 ਦੇ ਵਿੱਚ ਹੋ ਹੀ ਜਾਂਦਾ ਵਾ ਬਟ ਕੈਨੇਡੀਅਨ ਭਾਅ ਜਿਹੜੇ ਆ ਉਹ ਨਹੀਂ -20 ਜਾਂ -30 ਤੋਂ ਥੱਲੇ ਗੱਲ ਕਰਦੇ
हेलो भाई मित्रों, मिनट लगे आई थिंक गिनती तो मे भी 7 तो लोड अपना हो गया। पेपर वर्क उन्हें जो मैं चेक इन पहला करवा गया अंदर उदों ही फड़ाता से। सिर्फ है जी 4 पैलेट तो ये मतलब गत्ते का लोड आ। ये पैलेट थोड़े व्डे होंगे जिदा नो 4 पैलेट ही, एक पैलेट 4 के बराबर आ, मतलब कि एक तरीके तो 16 पैलेट है। बट बहुत हल्का लोड हों एमाजोन जाना तो तकरीबन 3-4 महीने ही हो गए बंदे दे नाल अपनी वधिया मतलब कि ला लो बोलबाणी है ना, आपां नूं उहदा बोलबाणी पसंद है, उहनूं साडा बोलबाणी पसंद है। तां करके लोड तकरीबन मैनू जे 5 दिन दा 5 विचों 3 दिन ते मैनू आ लोड बंदा दे ही दिंदा वा। 2 जगह तो पिक हुंदा, एक तां साडी यार्ड तों ला लो सिर्फ 3 कमील दूर ही आ, एक पिक उत्थों हुंदा इहदा कदे कदे, मोस्टली उत्थे ही हुंदा 90% ऑफ द टाइम। कदे कदे आ लोकेशन जिहड़ी आ ਇਹ ਹੈਗੀ ਆ 40 ਕਮੀਲ ਸਾਡੇ ਯਾਰਡ ਤੋਂ ਹੈ ਨਾ, ਅਤੇ ਕਦੇ ਕਦੇ ਇੱਥੋਂ ਪਿੱਕ ਕਰ ਲਈਦਾ ਅਤੇ ਐਮਾਜ਼ੋਨ ਦੇ ਵਿੱਚ ਹੀ ਜਾਂਦਾ ਵਾ। ਬਟ ਜਿਹੜੀ ਇਹ ਵਾਲਾ ਲੋਡ ਹੁੰਦਾ ਇਹਦੀ ਕੋਈ ਅਪੁਆਇੰਟਮੈਂਟ ਨਹੀਂ ਹੁੰਦੀ, ਇਹ ਫਸਟ ਕਮ ਫਸਟ ਸਰਵ ਹੀ ਹੁੰਦਾ ਦੋਵੇਂ ਜਗ੍ਹਾ। ਅਤੇ ਮੋਸਟਲੀ ਚੱਕਣ 'ਚ ਤਾਂ 10 ਮਿੰਟ ਹੀ ਲੱਗਦੇ ਆ, ਲਾਉਣ 'ਚ ਅੱਧਾ ਘੰਟਾ 40 ਮਿੰਟ ਇੰਨੇ ਕੀ ਲੱਗਦੇ ਆ। ਤਾਂ ਕਰਕੇ ਮੈਨੂੰ ਇਹ ਲੋਡ ਇੱਦਾਂ ਦੇ ਲੋਡ ਬਹੁਤ ਵਧੀਆ ਲੱਗਦੇ ਆ ਜਿਹਦੇ ਵਿੱਚ ਚੱਕਣ ਔਰ ਲਾਉਣ ਦਾ ਟਾਈਮ ਹੈ ਜਿਹੜਾ ਹੈ ਨਾ ਉਹ ਨਾ ਵੇਸਟ ਹੋਏ, ਕਿਉਂਕਿ ਜਿਹੜਾ ਉਹੀ ਟਾਈਮ ਹੈ ਆਪਾਂ ਹੈ ਨਾ ਜਿੰਨੀ ਛੇਤੀ ਆਪਾਂ ਲੋਡ ਚੱਕ ਕੇ ਜਿੰਨੀ ਛੇਤੀ ਲਾ ਲਾਂਗੇ ਉਨੀ ਛੇਤੀ ਆਪਾਂ ਅਗਲਾ ਲੋਡ ਚੱਕਣ ਵਾਲੇ ਬਣਾਂਗੇ। ਅਤੇ ਲੋਡ ਆਪਾਂ ਚੱਕ ਲਿਆ ਤਾਂ ਮੈਂ ਫਟਾਫਟ ਇਹਨੂੰ ਟੈਕਸਟ ਕਰਦਾ, ਕਿਉਂਕਿ ਮੇਰੀ ਆਦਤ ਹੈ ਜਦੋਂ ਵੀ ਮੈਂ ਕੋਈ ਲੋਡ ਚੁੱਕਦਾ ਵਾਂ ਕੋਈ ਵੀ ਅਪਡੇਟ ਹੁੰਦੀ ਮੈਂ ਬ੍ਰੋਕਰ ਨੂੰ ਰਾਈਟ ਅਵੇ ਦੇ ਦਿੰਦਾ। ਇਹੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਈ ਬ੍ਰੋਕਰ ਲਾਈਕ ਕਰਦੇ ਨੇ ਹੈ ਨਾ। ਹੁਣ ਜਿਹੜਾ ਆਹ ਬੰਦਾ ਵਾ ਇਹਨੂੰ ਵੀ ਪਤਾ ਕਿ ਆਪਾਂ ਵੀ ਪੂਰੇ ਪ੍ਰੋਫੈਸ਼ਨਲ ਆਪਣੇ ਕੰਮ 'ਚ, ਉਹ ਵੀ ਆਪਣੇ ਕੰਮ 'ਚ ਪ੍ਰੋਫੈਸ਼ਨਲ ਆ। ਕੋਈ ਵੀ ਗੱਲ ਹੁੰਦੀ ਨਾਲ ਦੇ ਨਾਲ ਉਹਨੂੰ ਮੈਂ ਅਪਡੇਟ ਦੇਈ ਜਾਂਦਾ ਵਾਂ। ਤਾਂ ਕਰਕੇ ਲੈ ਕੇ ਸਾਈਡ ਹੁਣ ਆਪਣਾ ਦੋਵਾਂ ਦੀ ਅੰਡਰਸਟੈਂਡਿੰਗ ਸਾਡੀ ਬਹੁਤ ਵਧੀਆ ਬਣ ਗਈ ਆ। ਤੈਨੂੰ ਟੈਕਸਟ ਕਰ ਦਿੰਦੇ ਹਾਂ, ਦ ਲੋਡ ਹੈਸ ਬੀਨ ਪਿਕਡ ਅਪ ਔਨ ਮਾਈ ਵੇ ਟੂ ਰਿਸੀਵਰ। ਬਸ ਇੰਨਾ ਕੀ ਕੰਮ ਹੁੰਦਾ ਜੀ। ਅਤੇ ਇਹ ਲੋਡ ਆਪਾਂ ਚੱਕਿਆ ਵਾ ਪੈਟਰਿਕ ਟਾਊਨ ਨਿਊ ਜਰਸੀ ਤੋਂ, ਇਹ ਲਾ ਲਓ ਥੋੜ੍ਹਾ ਸਾਊਥ ਵਾਲੇ ਪਾਸੇ ਪੈਂਦਾ ਜਰਸੀ ਦੇ। ਅਤੇ ਜਿੱਦਾਂ ਮੈਂ ਥੋੜ੍ਹੇ ਮਿਡਲ ਜਿਹੇ 'ਚ ਰਹਿੰਦਾ, ਜਰਸੀ ਇੱਕ ਬਹੁਤ ਛੋਟੀ ਜਿਹੀ ਸਟੇਟ ਆ, ਨੌਰਥ ਤੋਂ ਸਾਊਥ ਸਾਰੀਆਂ 110 ਕਮੀਲਾਂ ਹੀ ਆ ਇਹਦੀਆਂ ਨਾ। ਅਤੇ ਮੈਂ ਮਿਡਲ ਜਿਹੇ 'ਚ ਰਹਿੰਦਾ ਵਾਂ ਅਤੇ ਆਹ ਲੋਡ ਆਪਾਂ ਚੱਕਿਆ 40 ਕਮੀਲਾਂ ਥੱਲੇ ਆ ਕੇ, ਮਤਲਬ ਕਿ ਇੱਥੋਂ ਥੋੜ੍ਹੀ 2-4 ਮੇਰੇ ਖਿਆਲ ਨਾਲ 7 ਐਗਜ਼ਿਟ 'ਚ ਚੱਕਿਆ ਵਾ, ਅਤੇ 7 ਮੀਲਾਂ ਬਾਅਦ ਅਗਲੀ ਸਟੇਟ ਸਟਾਰਟ ਹੋ ਜਾਂਦੀ ਹੈ ਡੈਲਵੇਅਰ, ਅਤੇ ਜਰਸੀ ਇੱਥੇ ਖਤਮ ਹੋ ਜਾਂਦਾ। ਅਤੇ ਲੋਡ ਆਪਾਂ ਲੈ ਕੇ ਜਾਣਾ ਜੀ ਇਹ ਹੇਜ਼ਲਟਨ PA, ਜੋ ਕਿ ਇੱਥੋਂ ਤਕਰੀਬਨ 120-125 ਮੀਲਾਂ ਹੋਊਗਾ, 2 ਘੰਟੇ ਦਾ ਰਸਤਾ ਵਾ। ਅਤੇ ਬਹੁਤਾ ਟਾਈਮ ਨਾ ਵੇਸਟ ਕਰੀਏ, ਕਿਉਂਕਿ ਆਪਾਂ ਉੱਥੋਂ ਲੋਡ ਲਾ ਕੇ ਫਟਾਫਟ ਅਤੇ ਆਪਾਂ ਇੱਕ ਹੋਰ ਲੋਡ ਚੁੱਕਣ ਦੀ ਕੋਸ਼ਿਸ਼ ਕਰਨੀ ਆ, ਅਤੇ ਹੋਪਫੁਲੀ ਆਪਾਂ ਨੂੰ ਘਰ ਦਾ ਹੀ ਲੋਡ ਮਿਲ ਜੂਗਾ। ਮੋਸਟ ਲਾਈਕ ਐਸ 95% ਆਫ ਦ ਕੇਸਿਸ ਮੈਨੂੰ ਘਰ ਦਾ ਲੋਡ ਮਿਲ ਹੀ ਜਾਂਦਾ ਵਾ। ਜੇ ਕਦੇ ਨਹੀਂ ਵੀ ਮਿਲਦਾ ਫਿਰ ਆਪਾਂ ਇੱਧਰ ਉੱਧਰ ਦਾ ਚੁੱਕ ਲਈਦਾ, ਫਿਰ ਆਪਾਂ ਨੂੰ ਇੱਕ ਰਾਤ ਬਾਹਰ ਰਹਿਣਾ ਪੈਂਦਾ ਵਾ। ਤਾਂ ਕਰਕੇ ਮੈਂ ਜਿਹੜਾ ਆਪਣਾ ਫੂਡ ਆ ਹੈ ਨਾ, ਉੱਦਾਂ ਤਾਂ ਮੈਂ ਰੋਜ਼ ਨਵਾਂ ਹੀ ਘਰੋਂ ਲਿਆਉਂਦਾ ਵਾਂ, ਬਟ ਇੱਕ ਦਿਨ ਦਾ ਐਕਸਟਰਾ ਲੈ ਕੇ ਚੱਲਦਾ ਵਾਂ ਵੀ ਜੇ ਆਪਾਂ ਨੂੰ ਬਾਹਰ ਕਿਤੇ ਰਾਤ ਕੱਟਣੀ ਪੈ ਜਾਵੇ ਆਪਣੇ ਕੋਲ ਐਕਸਟਰਾ ਫੂਡ ਹੋਏ। ਜਿੱਦਾਂ ਇੱਥੋਂ ਮੈਂ ਲੋਡ ਚੱਲ ਚੁੱਕ ਕੇ ਤੁਰ ਪਿਆ ਵਾਂ, ਇੱਥੋਂ ਤਕਰੀਬਨ 2 ਘੰਟੇ ਦਾ ਰਸਤਾ ਵਾ, ਅਤੇ ਹੁਣ ਜਿੱਦਾਂ 8:15 ਹੋਏ, ਮੈਨੂੰ ਪਤਾ ਮੈਂ 10:15 10:30 ਉੱਤੇ ਪਹੁੰਚ ਜਾਣਾ ਵਾ, ਅਤੇ 1 ਘੰਟਾ ਕੁ ਲੋਨ ਨੂੰ ਲੱਗਣਾ ਵਾ। ਅਤੇ ਹੁਣ ਰਸਤੇ 'ਚ ਜਾਂਦੇ ਜਾਂਦਿਆਂ ਮੈਂ ਜਿਹੜੀ ਐਪ ਆ ਹੈ ਨਾ ਉਹਦੇ ਵਿੱਚ ਟਾਈਮ ਟੂ ਟਾਈਮ ਚੈੱਕ ਕਰੀ ਜਾਣਾ ਵਾ ਵੀ ਕੋਈ ਲੋਡ ਅਵੇਲੇਬਲ ਹੁੰਦਾ ਵਾ, ਅਤੇ ਜਿਹੜਾ ਆਪਾਂ ਨੂੰ ਲੋਡ ਲੱਗਾ ਵੀ ਸਹੀ ਆ ਹੈ ਨਾ, ਵੀ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਸਹੀ ਆ, ਵੀ ਲਾ ਲਓ 1-2 ਵਜੇ ਉਹਦੀ ਪਿਕਅਪ ਹੈਗੀ ਆ, ਉਹਨੂੰ ਆਪਾਂ ਨਾਲ ਹੀ ਕਾਲ ਲਾ ਲੈਣੀ ਆ, ਅਤੇ ਰਸਤੇ 'ਚ ਚੱਲਦੇ ਚੱਲਦੇ ਆਪਾਂ ਲੋਡ ਬੁੱਕ ਕਰ ਲੈਣਾ, ਅਤੇ ਨਹੀਂ ਤਾਂ ਕਈ ਵਾਰੀ ਉੱਥੇ ਜਾ ਕੇ ਵੀ ਕਰ ਲਈਦਾ ਵਾ। ਅਤੇ ਪਰ ਜਿੰਨਾ ਆਪਾਂ ਲੇਟ ਕਰੀ ਜਾਵਾਂਗੇ ਉਨੇ ਹੀ ਤੁਹਾਨੂੰ ਲੋਡ ਮਿਲਣ ਦੇ ਜਿਹੜੇ ਚਾਂਸਿਸ ਆ ਉਹ ਘਟੀ ਜਾਂਦੇ ਆ। ਮੋਸਟਲੀ ਜੇ ਤੁਸੀਂ ਲੋਡ 11-12 ਵਜੇ ਤੋਂ ਪਹਿਲਾਂ ਬੁੱਕ ਕਰ ਲੈਂਦੇ ਆ, ਨਹੀਂ ਤਾਂ ਬਾਅਦ 'ਚ ਮਤਲਬ ਕਿ ਆਲਮੋਸਟ ਸਾਰੇ ਲੋਡ ਪਹਿਲਾਂ ਬੁੱਕ ਹੋ ਹੀ ਜਾਂਦੇ ਆ। ਇਨ ਸਮ ਕੇਸਿਸ ਤੁਹਾਨੂੰ ਮਿਲ ਵੀ ਜਾਂਦੇ ਆ, ਬਟ ਮੋਸਟਲੀ ਜਿੱਦਾਂ ਮੈਨੂੰ ਅੱਜ ਹਜੇ ਤੱਕ ਜਦੋਂ ਦਾ ਮੈਂ ਆਪਣਾ ਕੰਮ ਸਟਾਰਟ ਕੀਤਾ ਵਾ 1 ਵਾਰੀ ਵੀ ਇੱਦਾਂ ਨਹੀਂ ਹੋਇਆ ਵੀ ਮੈਨੂੰ ਲੋਡ ਨਾ ਮਿਲਿਆ ਹੋਏ ਹੈ ਨਾ। ਕਿਤੇ ਨਾ ਕਿਤੇ ਦਾ ਮਤਲਬ ਕਿ ਹਨੇਰੇ ਸਵੇਰੇ ਦਾ ਜਾਂ ਕਿਤੇ ਸਾਈਡ ਦਾ ਲੋਡ ਮਿਲ ਹੀ ਜਾਂਦਾ ਨਾ,
ਵਧੀਆ ਆਪਾਂ ਨੂੰ ਖਾਲੀ ਨਹੀਂ ਬਹਿਣਾ ਪੈਂਦਾ ਅਤੇ ਬਟ ਫਿਰ ਵੀ ਲਾਈਕ ਆਈ ਸੈਡ ਚੱਲਦੇ ਚੱਲਦੇ ਆਪਾਂ ਐਪ 'ਤੇ ਮਾੜੀ ਮੋਟੀ ਨਿਗਾਹ ਰੱਖਾਂਗੇ ਅਤੇ ਜੇ ਕੋਈ ਓਪਰਚੁਨਿਟੀ ਆਪਾਂ ਨੂੰ ਦਿਖੀ ਤਾਂ ਆਪਾਂ ਨਾਲ ਹੀ ਕਾਲ ਕਰਕੇ ਅਤੇ ਫੜੁੰਗ ਲੈਣਾ ਲੋੜ ਮੀਲ ਖਾਲੀ ਵਾਪਸ ਘਰ ਵੱਲ ਨੂੰ ਹੀ ਆਉਣਾ ਵਾ ਅਤੇ ਰਸਤੇ 'ਚੋਂ ਆ ਕੇ ਲੋਡ ਚੁੱਕਣਾ ਵਾ ਅਤੇ ਇਹਦੀਆਂ ਦੋ ਡਿਲੀਵਰੀਆਂ ਨੇ ਕੱਲ੍ਹ ਇੱਕ ਤਾਂ ਬਿਲਕੁਲ ਮੇਰੇ ਘਰ ਦੇ ਨੇੜੇ ਹੀ ਆ ਉੱਥੇ ਕੋਸਕੋ ਆ ਉੱਥੇ ਆ ਅਤੇ ਦੂਜੀ ਹੈਗੀ ਆ ਫਿਲਾਡੈਲਫੀਆ ਦੇ ਵਿੱਚ ਅਤੇ ਫਿਲਹਾਲ ਆਪਾਂ ਕਰੀਏ ਜੀ ਆਹ ਵਾਲੇ ਲੋਡ ਦੀ ਡਿਲੀਵਰੀ ਅਤੇ ਉਹਦੇ ਬਾਅਦ ਉਹਨੂੰ ਜਾ ਕੇ ਕਰਾਂਗੇ ਪਿੱਕ ਅਤੇ ਇਫ ਆਲ ਗੋਜ਼ ਰਾਈਟ ਆਪਾਂ ਯਾਰਡ 'ਚ ਪਹੁੰਚ ਜਾਂਗੇ 7 ਵਜੇ ਤੱਕ ਆਪਾਂ ਯਾਰਡ 'ਚ ਬੜੇ ਆਰਾਮ ਨਾਲ ਪਹੁੰਚ ਜਾਂਗੇ ਵਧਣ ਤੋਂ ਪਹਿਲਾਂ ਇੱਕ ਗੱਲ ਕਰ ਲਈ ਆ ਫੈਕਟਰਿੰਗ ਬਾਰੇ ਮੈਂ ਇੱਕ ਵਾਰੀ ਫੈਕਟਰਿੰਗ ਦੇ ਉੱਤੇ ਵੀਡੀਓ ਵੀ ਕੀਤੀ ਸੀ ਉੱਤੇ ਉਹਦਾ ਲਿੰਕ ਵੀ ਆ ਰਿਹਾ ਵਾ ਤੁਸੀਂ ਉਹ ਦੇਖ ਸਕਦੇ ਹੋ ਔਰ ਕਈ ਮੇਰੇ ਵੀਰ ਜਿਨ੍ਹਾਂ ਨੇ ਨਵੀਂ ਕੰਪਨੀ ਖੋਲ੍ਹੀ ਆ ਹੈ ਨਾ ਨਵੀਂ ਅਥਾਰਟੀ ਸਟਾਰਟ ਕੀਤੀ ਆ ਅਤੇ ਉਹ ਕਈ ਵਾਰੀ ਪੁੱਛਦੇ ਆ ਵੀ ਆਪਾਂ ਕਿਹਦੇ ਤੋਂ ਫੈਕਟਰਿੰਗ ਕਰਾਈਏ ਹੈ ਨਾ ਮੈਂ ਤਾਂ ਤੁਹਾਨੂੰ ਉਹਨੂੰ ਹੀ ਰਿਕਮੈਂਡ ਕਰ ਸਕਦਾ ਵੀ ਜਿਹੜੀ ਮੈਂ ਯੂਜ਼ ਕਰ ਰਿਹਾ ਵਾਂ ਅਤੇ ਮੈਂ ਯੂਜ਼ ਕਰਦਾ ਜੀ RTS ਫਾਈਨੈਂਸ਼ੀਅਲ ਵਾਲਿਆਂ ਦੀ ਹੈ ਨਾ ਅਤੇ ਬੜੀ ਈਜ਼ੀ ਟੂ ਯੂਜ਼ ਆ ਉਹਨਾਂ ਦੀ ਇੱਕ ਮੋਸਟਲੀ ਜਿੰਨੀਆਂ ਵੀ ਫੈਕਟਰਿੰਗ ਕੰਪਨੀਆਂ ਨੇ ਉਹਨਾਂ ਦਾ ਸਿਰਫ ਡੈਸਕਟੋਪ ਦੇ ਉੱਤੇ ਤੁਸੀਂ ਇਨਵੋਇਸ ਅਪਲੋਡ ਕਰ ਸਕਦੇ ਹੋ ਹੈ ਨਾ ਬਟ RTS ਫਾਈਨੈਂਸ਼ੀਅਲ ਵਾਲਿਆਂ ਦੀ ਆਪਣੀ ਐਪ ਵੀ ਹੈਗੀ ਆ ਅਤੇ ਐਪ ਦੇ ਉੱਤੇ ਬੜੀ ਈਜ਼ੀਲੀ ਤੁਸੀਂ ਆਪਣੇ ਕੈਮਰੇ ਦੇ ਫੋਨ ਦੇ ਨਾਲ ਹੀ ਇਨਵੋਇਸ ਅਪਲੋਡ ਕਰ ਸਕਦੇ ਹਾਂ ਜੇ ਤੁਸੀਂ ਅੱਜ ਫਰਜ਼ ਕਰ ਲਓ 12 ਵਜੇ ਤੋਂ ਪਹਿਲਾਂ ਇਨਵੋਇਸ ਅਪਲੋਡ ਕਰਦੇ ਹਾਂ ਤਾਂ ਕੱਲ੍ਹ 12 ਵਜੇ ਤੋਂ ਪਹਿਲਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਆ ਜਾਂਦੇ ਆ ਅਤੇ ਬਾਕੀ ਮਤਲਬ ਕਿ ਈਜ਼ੀ ਟੂ ਯੂਜ਼ ਆ ਹੈ ਨਾ ਕਸਟਮਰ ਸਰਵਿਸ ਬੜੀ ਵਧੀਆ ਵਾ ਬੜਾ ਕੰਪੈਟੀਟਿਵ ਉਹਨਾਂ ਦਾ ਰੇਟ ਆ ਅਤੇ ਨੋਟ ਓਨਲੀ ਕਈ ਜਣੇ ਇਹ ਵੀ ਪੁੱਛਦੇ ਵੀ ਆਪਣੇ ਫਿਊਲ ਕਾਰਡ ਕਿਹੜਾ ਲਈਏ ਹੈ ਨਾ ਅਤੇ RTS ਵਾਲੇ ਫਿਊਲ ਕਾਰਡ ਵੀ ਦਿੰਦੇ ਆ ਅਤੇ ਜੇ ਤੁਸੀਂ ਫਿਊਲ ਕਾਰਡ ਵੀ ਉਹਨਾਂ ਤੋਂ ਲਓਗੇ ਪਾਇਲਟ ਔਰ ਫਲਾਇੰਗ ਜੇ ਔਰ ਆਈ ਥਿੰਕ ਸੁਨੋਕੋ 'ਤੇ ਉਹਨਾਂ ਦਾ ਫਿਊਲ ਕਾਰਡ ਚੱਲਦਾ ਵਾ ਅਤੇ ਔਨ ਐਵਰੇਜ 40 ਤੋਂ 60 ਸੈਂਟ ਤੱਕ ਤੁਹਾਨੂੰ ਡਿਸਕਾਊਂਟ ਮਿਲ ਸਕਦਾ ਬਾਕੀ ਤੁਸੀਂ ਪੂਰੀ ਜਾਣਕਾਰੀ ਲੈਣੀ ਆ ਅਤੇ ਥੱਲੇ ਨੰਬਰ ਆ ਰਿਹਾ ਇਹ ਮੁੰਡਾ ਹੈਗਾ ਜੀ ਡੈਰਿਕ ਵਧੀਆ ਮੁੰਡਾ ਵਾ ਮੇਰੀ ਅਕਸਰ ਹੀ ਉਹਦੇ ਨਾਲ ਗੱਲ ਹੁੰਦੀ ਰਹਿੰਦੀ ਆ ਅਤੇ ਉਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਵੀ ਇੱਕ ਵਾਰੀ ਮੈਂ ਵੀਡੀਓ ਕੀਤੀ ਸੀ ਫੈਕਟਰਿੰਗ ਦੀ ਅਤੇ ਉਹਦੇ ਵਿੱਚ ਮੈਂ ਉਹਨਾਂ ਦੀ ਐਪ ਦਾ ਐਗਜ਼ਾਮਪਲ ਦਿੱਤਾ ਸੀ ਅਤੇ ਉਹ ਕਹਿੰਦਾ ਵੀ ਜੇ ਕਿਸੇ ਨੂੰ ਚਾਹੀਦੀ ਹੋਏ ਮੈਨੂੰ ਦੀ ਕਾਲ ਆਈ ਵੀ ਕਹਿੰਦਾ ਜੇ ਕਿਸੇ ਨੂੰ ਫੈਕਟਰਿੰਗ ਦੀ ਸਰਵਿਸ ਚਾਹੀਦੀ ਹੋਏ ਤਾਂ ਤੂੰ ਮੇਰਾ ਨੰਬਰ ਦੇ ਦੀ ਅਤੇ ਤੇਰਾ ਜੇ ਨਾ ਲੈਣਗੇ ਤਾਂ ਮੈਂ ਉਹਨਾਂ ਨੂੰ ਵਧੀਆ ਮਤਲਬ ਕਿ ਰੇਟ ਦਊਂਗਾ ਅਤੇ ਫਿਊਲ ਕਾਰਡ ਵੀ ਪ੍ਰੋਵਾਈਡ ਕਰਦੇ ਆ ਨਾਲੇ ਇਹਨਾਂ ਦਾ ਆਪਣਾ ਇੱਕ ਜਿਹੜੀ ਇਹਨਾਂ ਦੀ ਐਪ ਆ ਉਹਦੇ ਵਿੱਚ 3 ਚੀਜ਼ਾਂ ਨੇ ਹੈ ਨਾ ਫੈਕਟਰਿੰਗ ਵੀ ਹੈਗੀ ਆ ਫਿਊਲ ਕਾਰਡ ਵੀ ਹੈਗਾ ਔਰ ਉਹਦੇ ਵਿੱਚ ਇਹਨਾਂ ਦਾ ਕਿਉਂਕਿ RTS ਬੇਸਿਕਲੀ ਰਾਇਨ ਟਰਾਂਸਪੋਰਟੇਸ਼ਨ ਸਰਵਿਸ ਜਿਹੜੇ ਇੱਕ ਬ੍ਰੋਕਰ ਆ ਹੈ ਨਾ ਉਹ ਹੀ ਆ ਅਤੇ ਉਹਨਾਂ ਦੀ ਬ੍ਰੋਕਰੇਜ ਵੀ ਹੈਗੀ ਆ ਅਤੇ ਐਪ ਦੇ ਵਿੱਚ ਜਿਹੜੇ RTS ਦੇ ਲੋਡ ਆ ਹੈ ਨਾ ਉਹਦਾ ਲੋਡ ਬੋਰਡ ਵੀ ਹੈਗਾ ਵਾ ਅਤੇ ਲੋਡ ਬੋਰਡ ਦੇ ਉੱਤੇ ਤੁਸੀਂ ਫੋਨ ਦੇ ਉੱਤੇ ਹੀ ਬਿੱਡ ਵੀ ਮਾਰ ਸਕਦੇ ਹੈ ਨਾ ਅਤੇ ਜੇ ਕਿਸੇ ਕੋਈ ਮੇਰਾ ਵੀਰ ਚਾਹੁੰਦਾ ਵੀ ਨਵੀਂ ਕੰਪਨੀ ਖੋਲ੍ਹੀ ਆ ਫੈਕਟਰਿੰਗ ਲਈ ਲੱਭਣ ਡਿਆ ਕਿਸੇ ਨੂੰ ਅਤੇ ਤੁਸੀਂ RTS ਫਾਈਨੈਂਸ਼ੀਅਲ ਨੂੰ ਜ਼ਰੂਰ ਇੱਕ ਵਾਰੀ ਹੈ ਨਾ ਟਰਾਈ ਕਰ ਸਕਦੇ ਹਾਂ ਫੋਨ ਕਰਕੇ ਪੁੱਛ ਸਕਦੇ ਜੇ ਤੁਹਾਨੂੰ ਵਧੀਆ ਲੱਗੇਗਾ ਅਤੇ ਕਰਾ ਲਿਓ ਨਹੀਂ ਤਾਂ ਹੋਰ ਬਥੇਰੇ ਹੈਗੇ ਆ
hi, I have a delivery. Oh, this is actually a non-inventory load, so it doesn't have appointment. It's 4 pallets of Gaylords. Okay, thank you. Of my company or the shipping company? Premier packaging. Premier packaging. Premier. Okay. Yes, ma'am. Uh, 58. And you said have to wait. What did you say have to wait? Oh, okay. All right, thank you. ਜਦੋਂ ਆਪਾਂ ਐਮਾਜ਼ਾਨ ਦੀ ਡਿਲੀਵਰੀ ਕਰਦੇ ਹਾਂ ਤਾਂ ਆਪਾਂ ਨੂੰ ਇੱਦਾਂ ਮਤਲਬ ਕਿ ਇੱਥੇ ਉਤਰ ਕੇ ਚੈੱਕ ਇਨ ਨਹੀਂ ਕਰਾਉਣ ਜਾਣਾ ਪੈਂਦਾ ਕਈ ਜਗ੍ਹਾ 'ਤੇ ਜਾਣਾ ਵੀ ਪੈਂਦਾ ਵਾ ਬਟ ਮੋਸਟ ਲੋਕੇਸ਼ਨਸ 'ਤੇ ਇੱਕ ਇਹਨਾਂ ਦਾ ਫੋਨ ਨੰਬਰ ਜਿੱਦਾਂ ਬਾਹਰ ਹੀ ਲਿਖਿਆ ਸੀਗਾ ਅਤੇ ਤੁਸੀਂ ਉਹ ਫੋਨ 'ਤੇ ਕਾਲ ਕਰ ਦਿਉ ਅਤੇ ਉਹਨਾਂ ਨੂੰ ਦੱਸੋ ਵੀ ਤੁਸੀਂ ਕੀ ਡਿਲੀਵਰੀ ਲੈ ਕੇ ਆਏ ਆ ਤੁਹਾਡਾ ਡਿਲੀਵਰੀ ਨੰਬਰ ਵਗੈਰਾ ਕੀ ਆ ਹੈ ਨਾ ਮੇਰੇ ਕੇਸ ਦੇ ਵਿੱਚ ਯੂਜਲੀ ਜਦੋਂ ਵੀ ਆਪਾਂ ਐਮਾਜ਼ਾਨ 'ਤੇ ਡਿਲੀਵਰੀ ਕਰਦੇ ਹਾਂ ਤੁਹਾਡਾ ਇੱਕ ਡਿਲੀਵਰੀ ਨੰਬਰ ਹੁੰਦਾ ਵਾ ਜਿਹਦੇ ਵਿੱਚ ਸਿਸਟਮ 'ਚ ਪਾ ਕੇ ਉਹ ਤੁਹਾਡੀ ਅਪੁਆਇੰਟਮੈਂਟ ਚੈੱਕ ਕਰਦੇ ਆ ਕਿਉਂਕਿ ਅਪੁਆਇੰਟਮੈਂਟ ਤੋਂ ਪਹਿਲਾਂ ਘੱਟ ਹੀ ਤਾਰਦੇ ਆ ਲੋਕ ਬਟ ਜਿਹੜਾ ਸਮਾਨ ਮੇਰੇ ਕੋਲ ਆ ਇਹਦੇ ਲਈ ਅਪੁਆਇੰਟਮੈਂਟ ਨਹੀਂ ਚਾਹੀਦੀ ਹੁੰਦੀ ਹੈ ਨਾ ਇਹ ਫਸਟ ਕਮ ਫਸਟ ਸਰਵ ਵੀ ਹੁੰਦਾ ਕਿਉਂਕਿ ਇਹ ਨੋਨ ਇਨਵੈਂਟੋਰੀ ਲੋਡ ਆ ਅਤੇ ਹੁਣ ਉਹਨੇ ਮੈਨੂੰ ਕਹਿ ਤਾ ਵੀ ਡੋਰ ਨੰਬਰ 58 'ਤੇ ਚਲ ਜਾ ਅਤੇ 58 ਖਾਲੀ ਆ ਅੱਛਾ ਆਇਆ ਜੀ 58 ਅਤੇ ਆਪਾਂ ਇੱਥੇ ਰੋਣਾ ਰੱਖ No, what I'm saying. Do I have to disconnect or no? No, do you want me to disconnect the trailer or no? Disconnect and park right in front. Okay. And what about the paperwork? I put it in the back or what? Somebody's gonna come here? Okay. Alright, thank you. ਮੋਸਟਲੀ ਜਿੰਨੇ ਵੀ ਐਮਾਜ਼ਾਨ ਹੁੰਦੇ ਆ ਉਹਨਾਂ ਸਾਰਿਆਂ ਦਾ ਇੱਕ ਰੂਲ ਸਿਮਿਲਰ ਹੀ ਹੁੰਦਾ ਵਾ ਕਿ ਜਦੋਂ ਵੀ ਆਪਾਂ ਇੱਥੇ ਡਿਲੀਵਰੀ ਕਰਨੀ ਆ ਜਿਹੜਾ ਟਰੱਕ ਔਰ ਟ੍ਰੇਲਰ ਆ ਇਹਨੂੰ ਡਿਸਕਨੈਕਟ ਕਰਨਾ ਪੈਂਦਾ ਵਾ ਜਾਣੀ ਕਿ ਟ੍ਰੇਲਰ ਨੂੰ ਟਰੱਕ ਨਾਲੋਂ ਅਨਹੁੱਕ ਕਰਨਾ ਪੈਂਦਾ ਵਾ ਕੋਈ ਇਹਨਾਂ ਦਾ ਸੇਫਟੀ ਮੈਜਰ ਹੈ ਵਟ ਐਵਰ ਬਟ ਇਹ ਮੋਸਟਲੀ ਐਮਾਜ਼ਾਨ ਦੇ ਵਿੱਚ ਕਰਾਉਂਦੇ ਹੀ ਕਰਾਉਂਦੇ ਆ ਡੋਰ 'ਤੇ ਆਪਾਂ ਪ੍ਰੋਪ ਕਰਤਾ ਜੀ ਟ੍ਰੇਲਰ ਅਤੇ ਨਾਲ ਹੀ ਆਪਾਂ ਟਰੱਕ ਖਿਲਾਰ ਲਿਆ ਵਾ ਲਾਈਕ ਐ ਸੈਡ ਐਮਾਜ਼ਾਨ ਦੀ ਪਾਲਿਸੀ ਹੁੰਦੀ ਹੈ ਤੁਸੀਂ ਟਰੱਕ ਔਰ ਟ੍ਰੇਲਰ ਕਨੈਕਟ ਨਹੀਂ ਰੱਖ ਸਕਦੇ ਹਨ ਜਦੋਂ ਵੀ ਇੱਥੇ ਡਿਲੀਵਰੀ ਕਰੀ ਦੀ ਹੈ ਅਤੇ ਫਿਲਹਾਲ ਬਸ ਆਈ ਥਿੰਕ ਮੇ ਬੀ 15-20 ਮਿੰਟ ਲੱਗਣਗੇ ਲੋਡ ਤਾਰਨ ਨੂੰ ਅਤੇ ਲੋਡ ਤਾਰ ਕੇ ਜਿਹੜਾ ਆਪਾਂ ਨੈਕਸਟ ਲੋਡ ਚੱਕਣਾ ਵਾ ਉਹ ਚੱਕਣਾ ਜੀ ਐਲਨ ਟਾਊਨ ਪੈਨਸਲਵੇਨੀਆ ਤੋਂ ਇਸ ਟਾਈਮ ਮੈਂ ਹੈਗਾ ਹੇਜ਼ਲਟਨ ਪੈਨਸਲਵੇਨੀਆ
ਤੇ ਇੱਥੇ ਠੰਡ ਬਹੁਤ ਜ਼ਿਆਦਾ ਹੀ ਜ਼ਿਆਦਾ ਵਾ। ਜਦੋਂ ਮੈਂ ਘਰੋਂ ਚੱਲਿਆ ਸੀਗਾ ਉਦੋਂ ਹੀ ਉੱਥੇ ਬੜੀ ਠੰਡ ਸੀਗੀ, ਬਟ ਫਿਰ ਵੀ ਸਾਡੇ ਉੱਥੇ ਟੈਂਪਰੇਚਰ ਮੋਰਨਿੰਗ ਦੇ ਵਿੱਚ ਇੰਨਾ ਕੁ ਸੀਗਾ, -3-4 ਆਈ ਥਿੰਕ ਸੈਲਸੀਅਸ ਦੇ ਵਿੱਚ ਹੋਊਗਾ, ਬਟ ਇੱਥੇ ਹੁਣੇ ਮੈਂ ਚੈੱਕ ਕਰਕੇ ਹਟਿਆ -12-13 ਵਾ। ਤਾਂ ਕਰਕੇ ਮੈਂ ਜਿਹੜੇ ਹੱਥ ਨਾਲ ਸਟਿੱਕ ਫੜੀ ਆ ਹੱਥ ਵੀ ਐਂ ਜੰਮਣ ਡੇ ਆ, ਉੱਦਾਂ ਵੇਖਣ ਨੂੰ ਲੱਗਣ ਦੀ ਕੜਾਕੇ ਦੀ ਧੁੱਪ ਲੱਗੀ ਆ, ਪਰ ਧੁੱਪ 'ਚ ਸੇਕ ਬਿਲਕੁਲ ਨਹੀਂ ਹੈਗਾ। ਅਤੇ ਮਾੜੀ ਮਾੜੀ ਠੰਡੀ ਠੰਡੀ ਜੀ ਮਾੜੀ ਮਾੜੀ ਜੀ ਹਵਾ ਚੱਲਦੀ ਆ, ਪਰ ਉਹ ਹੀ ਐਂ ਚੀਰਦੀ ਜਾਂਦੀ ਹੈ। ਅਤੇ ਚਲੋ ਜਿੰਨਾ ਤੇਰੇ ਲੋਡ ਲਾਉਂਦੇ ਆ ਉਨਾ ਚਲ ਕਰ ਲਈਏ ਰੋਟੀ ਗਰਮ, ਕਿਉਂਕਿ ਨਾ ਕਰਦੇ ਕਰਦੇ ਵੀ ਇਹਨਾਂ ਨੇ 15-20 ਮਿੰਟ ਕਿ ਅੱਧਾ ਘੰਟਾ ਲਾ ਹੀ ਦੇਣਾ ਹੈ ਨਾ, ਉਨਾ ਚਿਰ ਆਪਾਂ ਰੋਟੀ ਛੱਕੀ ਹੋਊਗੀ, ਕਿਉਂਕਿ ਇੱਥੋਂ ਜਿਹੜਾ ਐਲਨ ਟਾਊਨ ਦਾ ਰਸਤਾ ਵਾ ਉੱਦਾਂ ਤਾਂ ਆਪਣੇ ਘਰ ਜਾਣ ਵਾਲੇ ਰਾਹ 'ਚ ਹੀ ਆਉਣਾ ਵਾ। ਜਿੱਦਾਂ ਮਤਲਬ ਕਿ ਜੇ ਇੱਥੋਂ ਮੈਂ ਇੱਥੋਂ ਉੱਦਾਂ ਵੀ ਘਰ ਜਾਵਾਂ ਤਾਂ ਰਸਤੇ ਦੇ ਵਿੱਚ ਐਲਨ ਟਾਊਨ ਆਉਂਦਾ ਵਾ, ਜਦੋਂ ਆਪਾਂ ਸਵੇਰੇ ਆਏ ਹਾਂ ਅਤੇ ਐਲਨ ਟਾਊਨ ਆਪਾਂ ਲੰਘ ਕੇ ਹੀ ਆਏ ਹਾਂ। ਅਤੇ 50 ਕੁ ਮੀਲਾਂ ਹੈਗੀਆਂ ਇੱਥੋਂ, ਪਰ ਉਹ ਮੀਲਾਂ ਥੋੜ੍ਹੀਆਂ ਜਿਹੀਆਂ ਲੋਕਲ ਨੇ, ਥੋੜ੍ਹੇ ਲੋਕਲ ਰਸਤੇ ਦਾ ਨਹੀਂ ਜਾਣਾ ਪੈਣਾ, ਅਤੇ ਆਪਾਂ ਨੂੰ ਆਈ ਥਿੰਕ 1.5 ਘੰਟਾ ਲੱਗ ਹੀ ਜਾਣਾ ਵਾ। ਅਤੇ ਜਿਹੜਾ ਲੋਡ ਪਿੱਕ ਕਰਨਾ ਉਹਦਾ ਪਿੱਕ ਕਰਨ ਦਾ ਟਾਈਮ ਤਾਂ ਹੈਗਾ 4, ਅਤੇ ਹੁਣ ਫਿਲਹਾਲ 11:15 ਹੋਏ ਆ, ਮੰਨ ਲਓ ਆਪਾਂ 12 ਵਜੇ ਇੱਥੋਂ ਚੱਲਦੇ ਹਾਂ, ਫਿਰ ਵੀ ਆਪਾਂ 1:30 ਵਜੇ ਇੱਥੇ ਬੜੇ ਆਰਾਮ ਨਾਲ ਪਹੁੰਚ ਜਾਵਾਂਗੇ। ਅਤੇ ਉੱਥੋਂ ਪਿੱਕ ਕਰਨਾ ਜੀ ਆਪਾਂ ਨੈਸਲੇ ਵਾਲਿਆਂ ਤੋਂ ਪਾਣੀ। ਯੂਜਲੀ ਜਿਹੜੇ ਨੈਸਲੇ ਵਾਲੇ ਆ ਇਹ ਅਪੁਆਇੰਟਮੈਂਟ 'ਤੇ ਪੱਕੇ ਹੁੰਦੇ ਆ, ਜੇ 4 ਆ ਤਾਂ ਕਈ ਵਾਰੀ ਉਹ 1.5 ਘੰਟਾ ਪਹਿਲਾਂ ਤੁਹਾਨੂੰ ਚੈੱਕ ਇਨ ਕਰਨ ਦਿੰਦੇ ਆ, ਮਤਲਬ ਕਿ 2:30 ਵਜੇ ਤੱਕ ਜੇ ਆਪਾਂ ਚੈੱਕ ਇਨ ਕਰਾ ਲਾਂਗੇ ਤਾਂ ਠੀਕ ਆ, ਜੇ ਜ਼ਿਆਦਾ ਅਰਲੀ ਤੁਸੀਂ ਚੈੱਕ ਇਨ ਕਰਾਓ ਤਾਂ ਕਈ ਵਾਰੀ ਤੁਹਾਨੂੰ ਮੋੜ ਦਿੰਦੇ ਆ ਉਹ, ਫਿਰ ਕਹਿੰਦੇ ਕਿ ਟਾਈਮ ਨਹੀਂ, ਕਿਉਂਕਿ ਉੱਥੇ ਟਰੱਕ ਬਹੁਤ ਜ਼ਿਆਦਾ ਆਉਂਦਾ। ਆਈ ਥਿੰਕ ਔਨ ਐਵਰੇਜ ਜਿਹੜਾ ਐਲਨ ਟਾਊਨ ਵਾਲਾ ਨੈਸਲੇ ਇੱਕ ਦਿਨ ਦਾ ਘੱਟੋ ਘੱਟ ਵੀ ਉੱਥੇ 700-800 ਟਰੱਕ ਭਰਦਾ ਹੋਣਾ, ਅਤੇ ਕਈ ਉਹਨਾਂ ਦੀਆਂ 5-6 ਫੈਸਿਲਿਟੀਆਂ ਨੇ ਨੇੜੇ ਨੇੜੇ। ਅਤੇ ਉੱਥੋਂ ਪਾਣੀ ਚੱਕ ਕੇ ਆਪਾਂ ਲੈ ਕੇ ਜਾਣਾ ਜੀ ਕੋਸਕੋ। ਕੋਸਕੋ ਇੱਕ ਸਾਡੇ ਘਰ ਦੇ ਲਾਗੇ ਆ, ਪਹਿਲੀ ਡਿਲੀਵਰੀ ਉੱਥੇ ਆ ਅਤੇ ਦੂਜੀ ਡਿਲੀਵਰੀ ਆਈ ਥਿੰਕ ਕੋਸਕੋ ਨਹੀਂ ਗੀ, ਕੋਈ ਦੂਜਾ ਸਟੋਰ ਆ ਉਹ ਫਿਲਾਡੈਲਫੀਆ 'ਚ ਆ, ਅਤੇ ਉਹ ਡਿਲੀਵਰੀ ਕਰਕੇ ਅਤੇ ਫਿਰ ਦੇਖਾਂਗੇ, ਹੋਪਫੁਲੀ ਇੱਦਾਂ ਦਾ ਹੀ ਕੋਈ ਲੋਡ ਕੱਲ੍ਹ ਨੂੰ ਵੀ ਮਿਲ ਜੂਗਾ ਜਿਹੜਾ ਚੱਕ ਕੇ ਆਪਾਂ ਸੇਮ ਡੇ ਲਾ ਦਈਏ, ਉਹਦੇ ਬਾਅਦ ਦੁਪਹਿਰਾਂ ਤੋਂ ਬਾਅਦ ਚੱਕ ਕੇ ਤਾਂ ਆਪਾਂ ਘਰ ਚੱਲੀਏ। ਚਲੋ ਬਹੁਤੀਆਂ ਗੱਲਾਂ ਨਾ ਮਾਰੀਏ, ਟਾਈਮ ਨਾ ਵੇਸਟ ਕਰੀਏ, ਕਿਉਂਕਿ ਮੈਨੂੰ ਲੱਗਦਾ ਲੋਡ ਇਹਨਾਂ ਲਾ ਹੀ ਦੇਣਾ, ਕਿਉਂਕਿ ਸਿਰਫ 4 ਪੈਲਟ ਆ। ਆਪਾਂ ਫਟਾਫਟ ਕਰੀਏ ਸਬਜ਼ੀ ਗਰਮ ਅਤੇ ਫਿਰ ਤੁਹਾਨੂੰ ਦਿੰਦੇ ਹਾਂ ਕੋਈ ਅਪਡੇਟ ਜੇ ਹੁੰਦੀ ਆ ਤਾਂ। ਕਰਤਾ ਉਹੀ ਕੰਮ, ਮੈਂ ਸਵੇਰੇ ਫਰਿੱਜ ਦੇ ਵਿੱਚ ਸਮਾਨ ਤਾਂ ਰੱਖ ਲਿਆ, ਬਟ ਫਰਿੱਜ ਦਾ ਜਿਹੜੀ ਤਾਰ ਆ ਉਹ ਮੈਂ ਲਾ ਜਾਂਦਾ ਹੁੰਦਾ ਘਰ ਜਾਣ ਲੱਗਿਆ, ਉਹ ਲਾਈ ਨਹੀਂ ਵਾਪਸ, ਪਰ ਠੰਡ ਉੱਦਾਂ ਹੀ ਬਥੇਰੀ ਸੀ, ਪਰ ਅੰਦਰ ਤਾਂ ਹੀਟ ਚੱਲਦੀ ਸੀ ਵੈਸੇ, ਬਟ ਫਿਰ ਵੀ ਇੰਨੀ ਛੇਤੀ ਤਾਂ ਨਹੀਂ ਸਮਾਨ ਖਰਾਬ ਹੋਇਆ ਹੋਣਾ। ਜੈਕਟ ਲਾ ਲਈ ਹੈ, ਅੰਦਰ ਤਾਂ ਨਿੱਘੀ ਆ ਪਰ ਬਾਹਰ ਨਹੀਂ ਜੇ ਨਿਕਲਿਆ ਜਾਂਦਾ। ਵੇਖੋ ਜੀ ਜਦੋਂ ਆਪਾਂ ਇੱਦਾਂ ਇੱਥੇ ਡਰਿੱਲ ਡਰੋਪ ਕਰਦੇ ਨਾ, ਫਿਰ ਆ ਕੇ ਇੱਦਾਂ ਦੇਖਦੇ ਹੁੰਦੇ ਆ, ਦੇਖਦੇ ਕੀ ਕਹਿੰਦੀ ਹੈ। ਯੈਸ ਮੈਮ, ਓ ਹੀ ਆਲਰੇਡੀ ਗੇਵ ਮੀ, ਯੂ ਵਾਂਟ ਟੂ ਕੀਪ ਅ ਕਾਪੀ ਬਿਕਾਜ਼ ਹੀ ਸਾਈਨਡ ਵਨ ਟੂ ਦੀ ਅਦਰ ਗਾਇ। You want to keep this one? Yeah. I like your signature. Okay. Oh, thank you. And you can park in the other side because you have to see the green light. Okay. When you see the green light, you can take the trailer and go. I'm just eating my lunch, so let me finish. Okay. It's only 4 pallets. I'll know when it's empty. I'll okay, check. Okay. Thank you. Bye. Bibi das gayi hai. Kehndi paper phada gayi hanu sign karke. Te kehndi jadon hi green light hoyi te bhaj ji bas. Time na waste kari. ਮੈਂ ਕਿਹਾ ਸਾਡੇ ਵੀ ਵਿਚਾਰ ਕੁਝ ਇੱਦਾਂ ਦੇ ਹੀ ਆ, ਜਦੋਂ ਲਾਈਟ ਹੋਏ ਉਦੋਂ ਭੱਜੀਏ, ਕਿਉਂਕਿ ਕਈ ਵਾਰੀ ਪਤਾ ਨਹੀਂ ਹੁੰਦਾ, ਫਿਰ ਵੀ ਜਾ ਕੇ ਟਰਾਈ ਕਰਾਂਗੇ ਜੇ ਛੇਤੀ ਲੋਡ ਚੱਕਿਆ ਜਾਏ, ਜਿੰਨੀ ਛੇਤੀ ਚੁੱਕ ਲਾਂਗੇ ਅਤੇ ਉਨੀ ਛੇਤੀ ਘਰ ਚੱਲ ਜਾਂਗੇ।